जाओ जी बंदे पहुंच गए, खड़ी खड़ी जो भी पहुंच गई साड़ी, बंदा ढोल ढोल बजा के खताई भी माड़ा जा खड़ी बजा दे यार, मैनू कहते तू बजा यार, तेरे वाला ढोल किधे वाला, तेरे वाला किधे वाला। अच्छा लो जी बाबे भी पहुंच गए बच्चे, गड्डी देखण भी आए थे बिंदर राही। हाँ कितने खड़े ओ पिला पिलो दे हाथी दे चाहे ढोल बजता था। हाँ हाँ कितना लगी बिंदर गड्डी फिर ठीक है हाँ जी। बाकी हाथ पला जा मरा पर बाकी दस दी भी लुआए लुए जे पुआने क्या करा ठीक है। लगी फिर नहीं मोटरसाइकिल उत्तर तो शायद वह नहीं है ना बधाई है बधाई हो गया ना तो तू तो ना तो यूट्यूब पर आता कि ना तो शर्म शर्म आ तेन शर्म आ जाए हाँ हूँ तो यह कहना भी गड्डी के पिछे जाकर मस्ताने दिखा के लेके आऊंगे फिर दसूंगे देख ली जी मस्ताने गल तो ठीक है। चलो पी लो ठंडा दत्ता हाँ काका दादू सुने गया क्या है कितने बैठ गया है जी कसर मसर मेरे जोगी। चल ठीक है फिर तो ओहो दे पापा जी दे देना तो 100 रुपये देता इन्हों माड़ा मोटा होगा ही कुछ तेल खर्चा निकलू पता लग गया कोई बंदा पछाण लिया जी कौन पार्टी दे भाई मैं कुछ नहीं करता देख हूं तू आई भाई जेड़ा लड्डू खाना लड्डू खा ला अज तो मिठे वाले है जैसमी ने रीत नू छड़ के तू उपर चढ़ गई पौड़ियां चढ़दी मगर तेरे वो दस अबीर जी है चलो फड़ो चाबी फड़ो ट्राई ले ला दे ला गेड़ा यार ओ दे ला गेड़ा शौक दा दे ला गेड़ा हुण नणाने गोरीए दा क्या कहना तेनू काइयां तेरिया मैं जे पौड़ी चढ़ी एकना अपने बिना उहदे बिना पुछे ते काले मठे हां जी दो ढाई ढाई दगरी वाला चक लड्डू चक पहला मूँह मिठा कर ट्राई लेके देख ला गेड़ा दे ला एक बह जाना मैं तेरे नाल किसी ने लड्डू पूरा नहीं खाधा क्या गल बबू वाली मठियाई खा खा के ना अके पे ना राखड़ी वाली मठियाई खा खा के
ਉਹਦੇ ਕਰਕੇ ਨਹੀਂ ਖਾਂਦੇ ਹੈ। ਬੈਠਾ ਮੈਂ ਆਵਾਂ ਤੇਰੇ ਕੋਲ ਆਇਆ ਚਲ ਆ ਗਿਆ ਕਾਲਾ ਲੱਗਿਆ ਜੀ ਗੱਡੀ ਨੂੰ ਪਾਸ ਕਰਨ ਹੁਣ ਇਹ ਫੇਲ ਕਰਦਾ ਕਿ ਪਾਸ ਕਰਦਾ ਹੈ ਹੁਣ ਇਹੀ ਦੱਸੂਗਾ ਨਹੀਂ ਕਿਆ ਕਹਿੰਦੀ ਬਹੁਤ ਵਧੀਆ ਗੱਡੀ ਇੰਜਣ ਹੈ ਬਹੁਤ ਵਧੀਆ ਵਾਂ ਪੱਗਾਂ ਦਾ ਦੇ ਲੈ ਸੀਟੀਆਂ ਮਾਰਦਾ ਪਿਕਅਪ ਪੂਰੀ ਹੈ ਪੂਰੀ ਪੂਰੀ ਪਿੰਡ ਚੌੜੀ ਚਲਾਓ ਨਾ ਕੋਈ ਨਿਆਣਾ ਦੱਬਲੀ ਥੱਲੇ ਇੱਧਰ ਨੂੰ ਮਿੱਟੀ ਵੀ ਕਿਹੜੀ ਵੀ ਇਹਦੇ ਪਰ ਥੱਲੇ ਠੀਕ ਹੈ ਠੀਕ ਹੈ ਸਪੀਡ ਐਉਂ ਲੱਗਦੀ ਹੈ ਬੱਦ ਹਾਂ ਠੀਕ ਹੈ ਯਾਰ ਹੁਣ ਤੱਕ ਗਰਮੀ 'ਚ ਮਰਦੇ ਰਹੇ ਮੇਰਾ ਵੀ ਇਹੀ ਹਾਲ ਹੈ ਚੱਲ ਕੋਈ ਵੀ ਜਦੋਂ ਮਹਾਰਾਜ ਨੇ ਦਿਨ ਲਿਆਉਣੇ ਆ ਜਦੇ ਆਉਣੇ ਆ ਠੀਕ ਹੈ ਆ ਦੇ ਦਿੱਤਾ ਅਰੇ ਆਈ ਟੱਕਰ ਗਈ ਪੂਰੇ ਚੱਲ ਕੋਈ ਨੀ ਦੇਖੀ ਜਾਓ ਕਿ ਹੁਣ ਇਹਦਾ ਤੇਲ ਪੂਰਾ ਹੁੰਦਾ ਕਿ ਨਹੀਂ ਨਹੀਂ ਪਲੇਟ ਤਾਂ ਆਉਂਦੀ ਉਹ ਇੰਨਾ ਕੋਈ ਉਹ ਨਹੀਂ ਉਹਦਾ ਬੰਦਾ ਉਹ ਜੀ ਹੋ ਜਾਂਦਾ ਜੇ ਜੇ ਉਹਦੇ ਚ ਬਹਿ ਜਾਂਦਾ ਫਿਰ ਬੰਦਾ ਉਦਾਂ ਦਾ ਹੀ ਹੋ ਜਾਂਦਾ ਡੀਜ਼ਲ ਚਾਹੇ ਜਾਈ ਵੱਧ ਖਾਂਦੀ ਹੋਵੇ ਡੀਜ਼ਲ ਪੈ ਜਾਂਦਾ ਹੈ ਟਰੈਕਟਰ ਦੇ ਵੱਧ ਦਾ ਨਹੀਂ ਖਾਣ ਲੱਗੀ ਹਾਂ ਪੈਟਰੋਲ ਤੇ ਡਰ ਲੱਗਦਾ ਪੈਟਰੋਲ ਤੇ ਡਰ ਲੱਗਦਾ ਚਾਹੇ ਐਵਰੇਜ 20 ਨਹੀਂ ਦੇ ਦੇਵੇ ਹਾਂ ਨਾਲੇ 8 7 8 ਰੁਪਏ ਦਾ ਫਰਕ ਹੈ ਹਾਂ ਫੇਰ ਵੀ ਚਾਹੇ ਪੈਟਰੋਲ ਤੇ ਡਰ ਲੱਗਦਾ ਪੈਟਰੋਲ ਗੱਡੀ ਦੀ ਇਹਦਾ ਐ ਵੀ ਟਰੈਕਟਰ ਚੋਂ ਕੱਢ ਰਿਹਾ ਕਹਿ ਨੂੰ ਡੀਜ਼ਲ ਤਾਂ ਡਿੱਟਣ ਦੇ ਹੁਣ ਪਿਆ ਰਹਿੰਦਾ ਹੈ ਦੇਖੀ ਇੱਥੇ ਕੋ ਚੱਕਰ ਹੋ ਗਿਆ ਲੱਗਦਾ ਮੈਨੂੰ ਸੱਟ ਲੱਗੀ ਵੀ ਲੱਗਦੀ ਨਾ ਉਹਦੇ ਬੀਬੀ ਦੇ ਚੱਲ ਮਹਾਰਾਜ ਭਲੀ ਕਰੇ ਜ਼ਿਆਦਾ ਕੋਈ ਸੱਟ ਪੇਟ ਨਾ ਹੋਵੇ ਇੱਕ ਆਪਣਾ ਰੋਡ ਬਹੁਤ ਚੱਲਣਾ ਬਹੁਤ ਚੱਲਣਾ ਯਾਰ ਦੇਰਾ ਮੈਂ ਦੇਖੋ ਜੀ ਕਿਹੜਾ ਸਾਹਮਣਾ ਗੱਡੀ ਆਉਂਦੀ ਆ ਸਰਕਾਰ ਤੇ ਬੜਾ ਬਈ ਤੇ ਉਹ ਚਾਹੇ ਸਰਕਾਰ ਲਾ ਲੈ ਚਾਹੇ ਉਹਨਾਂ ਨੂੰ ਕਹੇ ਟੂਲ ਪਲਾਜ਼ਾ ਜਿਹਨੂੰ ਠੇਕਾ ਦਿਆ ਵੇ ਹੁਣ ਉਹ ਮਿੱਟੀ ਨਹੀਂ ਪਾ ਰਿਹਾ ਇੱਥੇ ਮੋੜ ਲਈ ਮੋੜ ਲਾ ਗਾਂ ਤੇ ਮੋੜ ਨਹੀਂ ਗਾਂ ਠੀਕ ਹੈ ਉਹ ਮਿੱਟੀ ਨਹੀਂ ਪਾ ਰਹੇ ਕਿੱਡੇ ਕ ਬੜੇ ਪਾੜ ਕਿੰਨੀ ਮਿੱਟੀ ਸਰਕਾ ਚਕਾਈ ਆ ਰੇ ਨਦੀ ਜੋ ਕਿੰਨੀ ਚਕਾ ਹੋ ਰਹੀ ਉੱਥੇ ਦੇ ਸਰਕਾਰ ਨੂੰ ਕਹੇ ਕੇ ਮਿੱਟੀ ਪਵਾ ਦਿੰਦੇ ਉੱਤੇ ਹਾਂ ਰੋਡ ਪਰਲਾ ਚੱਲਦਾ ਨਹੀਂ ਉਹਦੇ ਕਰਕੇ ਆਪਣੇ ਰੋਡ ਪਰ ਟ੍ਰੈਫਿਕ ਜ਼ਿਆਦਾ ਆ ਟ੍ਰੈਫਿਕ ਆ ਇਹਦੇ ਪੈਸੇ ਹੁਣ ਉਹ ਵੀ ਪੱਟਦੇ ਆਪਣਾ ਡਿਵਾਈਡਰ ਪੱਟਦੇ ਉੱਤੇ ਹਾਂ ਲਾਗੇ ਪੱਟਣ ਉਹ ਵੀ ਸਿੰਗਲ ਕਰ ਲਗੇ ਪੂਰਾ ਵਧੀਆ ਯਾਰ ਹਾਂ ਉਹਦੇ ਪਰੇ ਬਹੁਤ ਐਕਸੀਡੈਂਟ ਹੋ ਗਏ ਸਾਡੇ ਤਾਂ ਇੱਥੇ ਐਕਸਪਾਇਰ ਹੋ ਲਈ ਜੀ ਬੰਦੇ ਹਾਂ ਸ਼ੀਸ਼ਾ ਕਾ ਤਾਂ ਖੋਲ ਲਿਆ ਮੈਂ ਬੰਦਾ ਪਛਾਣਦਾ ਦਾ ਅੱਛਾ ਘੇਰਨਾ ਹੈ ਪੈਸੇ ਲੈਣੇ ਆ ਪੈਸੇ ਪੂਸੇ ਵਾਲੇ ਕੇਸ ਚ ਤਾਂ ਕਿਸੇ ਨੂੰ ਹੁਣ ਤੂੰ ਪਛਾਣ ਚਾਹੇ ਨਾ ਪਛਾਣ ਬਸ ਹੁਣ ਇਹਦਾ ਬਸ ਜਿਹਨੇ ਨਹੀਂ ਦੇਣਾ ਉਹਨੇ ਦੇਣੀ ਨਹੀਂ ਹੈਗੇ ਤਾਂ ਜੋ ਮਰਜ਼ੀ ਕਰੀ ਚੱਲ ਅਲਾ ਬੇਸ਼ਰਮ ਦਾ ਹੋ ਗਏ ਹੈ ਨਹੀਂ ਉਹ ਬਾਈ ਕੱਲ ਨੂੰ ਉਹ ਪਰਸ ਨੂੰ ਬਾਈ ਆ ਅਸੀਂ ਤਾਂ ਕੇਬਲ ਵਾਲੇ ਧੰਦੇ ਚ ਬਹੁਤ ਕੁਛ ਦੇਖ ਲਿਆ ਵੀ ਲੋਕਾਂ ਦੇ ਕਿਵੇਂ ਪੈਸੇ ਲੈਣੇ ਕਿਵੇਂ ਕੱਢਣਾ ਕਿਵੇਂ ਨਹੀਂ ਹੁਣ ਰਿਪੇਅਰ ਦੇ ਬਹਾਨੇ ਕਢਾਉਂਗਾ ਚੱਲ ਇੱਕ ਨਹੀਂ ਨਿਕਲ ਜਵੇ ਇੰਨੀ ਬਹੁਤ ਆ ਵੀ ਆ ਜਵੇ ਮੁੜ ਕੇ ਇੰਜਣ ਦਾ ਕਾਲੇ ਦਾ ਇੱਕ ਨੰਬਰ ਆ ਮੈਂ ਤਾਂ ਹੀ ਨੰਬਰ 22 ਤਾਂ ਜਿਹੜੀ 14 ਮਾਡਲ 14 ਤੇ ਨਹੀਂ 12 ਮਾਡਲ ਸੀ ਉਹ ਦੇਖਦਾ ਤਾਂ ਕਹਿੰਦਾ ਵੀ ਉਹ ਲੈ ਲੈਂਦੇ ਆ ਮਾ ਵੀ ਉਹਦੇ ਨਾਲ ਤੇ ਇਹਦਾ ਇੰਜਣ ਵਧੀਆ ਇੰਜਣ ਪੂਰਾ ਗੂੰਜ ਰਿਹਾ ਬਾਈ ਹਾਂ ਨਾਲੇ ਸਾਰਾ ਸਾਰਾ ਜਿੰਨੇ ਵੀ ਫੰਕਸ਼ਨ ਹੈਗੇ ਨਾ ਗੱਡੀ 'ਚ ਸਾਰੇ ਚੱਲਦੇ ਆ ਕੋਈ ਬੰਦ ਨਹੀਂ ਹੈਗਾ ਉਹ ਪਿਛਲਾ ਵੈਪਰ ਵੀ ਚੱਲਦਾ ਵੀ 2010 ਮਾਡਲ ਹੈ ਫਿਰ ਵੀ ਪਿਛਲਾ ਵੈਪਰ ਵੀ ਚੱਲਦਾ ਪਾਣੀ ਵੀ ਘੇਰਦਾ ਨਾਲ ਸ਼ੀਸ਼ੇ ਵਾਲਾ ਮੈਂ ਇਧਰ ਆਏ ਉਸ ਟਾਈਮ ਦੀ ਟੌਪ ਮਾਡਲ ਗੱਡੀ ਹੈ ਜਾਸ ਵਿੱਚ ਆਈ ਨਾ ਜਦ ਮੰਨ ਲੈ ਉਸ ਟਾਈਮ ਦੀ ਟੌਪ ਨੰਬਰ ਟੌਪ ਗੱਡੀ ਹੈ ਇਹ ਅੱਜ ਪਈ ਥੱਲੇ ਚਲ ਗਈ ਹੋਵੇ ਉਹ ਵੀ ਹੈ ਬੇਬੀ ਸਭ ਕੁਝ ਹੈਗਾ ਇਹ ਉਸ ਟਾਈਮ ਦੇ ਮੁਤਾਬਕ ਦਾ ਸਾਰਾ ਕੁਝ ਹੈਗਾ ਚੱਲ ਮਹਾਰਾਜ ਨੇ ਦਿਨ ਲਿਆਉਂਦਾ ਭਾਈ ਲੈ ਲਈ ਹੁਣ ਦੇਖੀ ਜਾਓਗੇ ਵੀ ਕਿਵੇਂ ਚੱਲਦੀ ਅੱਗੇ ਕਿਵੇਂ ਚੱਲਦੀ ਕਿਵੇਂ ਕਿਵੇਂ ਨਹੀਂ ਮਾੜਾ ਮੋਟਾ ਕੰਮ ਵੀ ਲੈ ਲਿਓ ਬੜੀ ਲਈ ਵੀ ਹੈ ਹਾਂ ਦੇਖਾਂਗੇ ਕੋਈ ਨਾ ਕੋਈ ਤਾਂ ਜਦ ਕਹਿ ਦੋ ਸਾਡੀਆਂ ਚ ਲੱਗ ਜਾਂਦੀ ਹੈ ਉਹ ਪੱਕ ਗੱਡੀਆਂ ਮਿਲਦੀਆਂ ਪਹਿਲਾਂ ਢਿੱਡ ਥੋੜਾ ਵਧਾ ਵਾ ਹੁਣ ਵਿਆਹ ਖਾਇਆ ਕਰਾਂਗੇ ਜਾਇਆ ਕਰਾਂਗੇ ਬਰਾਤ ਲੈ ਕੇ ਸਹੀ ਗੱਲ ਸਿੱਧੀ ਉੱਧਰ ਦੂਈ ਸਾਨੂੰ ਮੋੜ ਗੱਡੀ ਅੰਦਰ ਵੜ ਜੂ ਸਿੱਧੀ ਵੜ ਜੂਗੀ ਉੱਧਰ ਨੂੰ ਮੋੜ ਗੱਡੀ ਸਿੱਧੀ ਅੰਦਰ ਵੜ ਜੂਗੀ ਜਾ ਕੇ ਇੱਧਰ ਤੇ ਫਿਰ ਘੁਮਾਉਣੀ ਪੈਣੀ ਅੱਗੇ ਪਿੱਛੇ ਕਰਨੀ ਪੈਣੀ ਛੋਟੀ ਗੱਡੀ ਤਾਂ ਸਿੱਧੀ ਵੜ ਜਾਂਦੀ ਸੀ ਐਨੇ ਨਹੀਂ ਵੜਨਾ ਹੈਗਾ ਸਿੱਧੀ ਆਪਣਾ ਚਲੋ ਜੀ ਕਾਲੇ ਨੇ ਤਾਂ ਕਰਤੀ ਪਾਸ ਗੱਡੀ ਬਾਈ ਬੜੀ ਪਸੰਦ ਆਈ ਅੰਚਲ ਵਾਲਾ ਹੋ ਗਿਆ ਗਾਂਧੀ ਦੀ ਉਮੀਦਵਾਰ ਨਹੀਂ ਹੈਗੀ ਜਿਵੇਂ
ਚੀਕੂ ਚੈਕੂ ਕੁਛ ਵੀ ਆਵਾਜ਼ ਨਹੀਂ ਹੈਗੀ ਕੋਈ ਉਹ ਬਾਈਕ ਹੈ ਕੁਛ ਨਹੀਂ ਕਰ ਰਿਹਾ ਉਹ ਜਿਹਦੇ ਕੋਲ ਤੇ ਲੈ ਕੇ ਆ ਨਾ ਉਹਦੇ ਕੋਲ ਖੜੀ ਹੁੰਦੀ ਹੈ ਹਾਂ ਉਹਨੇ ਹੁਣ ਬਰੀਜ਼ਾ ਲੈਣੀ ਸੀ ਕਹਿੰਦਾ ਮੇਰੇ ਘਰ ਦੇ ਗਾਲ ਪੈ ਗਏ ਵੀ ਬਰੀਜ਼ਾ ਲੈਣੀ ਬਰੀਜ਼ਾ ਲੈਣੀ ਬੋਰੇ ਲੱਲਾ ਬੱਬਾ ਜਾ ਕਰਕੇ ਤੋਰ ਤੇ ਕਹਿੰਦਾ ਬਾਈ 1 ਰੁਪਿਆ ਲਾਉਣ ਨੂੰ ਥਾਉ ਨਹੀਂ ਸਰਵਿਸ ਕਰਵਾ ਲਿਓ ਆਪਣੀ ਟਾਈਮ ਨਾਲ ਬਾਕੀ ਨਾ ਹੈ ਠੀਕ ਹੈ ਅੰਜਣ ਵੀ ਦੱਸਦਾ ਬਾਈ ਹਾਂ ਬਾਕੀ ਉਹਨਾਂ ਟਾਈਮ ਨਾਲ ਕਿਹਦੇ ਲਿਆ ਇਹ ਤੇ ਖੈੜ ਤੇ ਆਈ ਵੀ ਹੈ ਖੈੜ ਨੰਬਰ ਆ ਖੈੜ ਵੀ 27 ਆ ਹਾਂ ਆ ਮਤਲਬ ਪਹਿਲਾ ਦਿੱਲੀ ਤੇ ਕੱਢ ਨਹੀਂ ਹੈਗਾ ਪੀਵੀ ਮਾੜੀ ਆ ਪੀਵੀ ਪਹਿਲਾ ਮਾੜੀ ਆ 27 ਖੈੜਦਾ ਪਹਿਲਾ ਆਈ ਵੀ ਦਿੱਲੀ ਤੇ ਹੈ ਬੰਦਿਆਂ ਕੋਲ ਤੇ ਦਿੱਲੀ ਚ ਉਹਨੇ ਪੰਜਾਬ ਚ ਆਪਣੇ ਨਾਮ ਟ੍ਰਾਂਸਫਰ ਕਰਾਈ ਵੀ ਬੰਦੇ ਨੇ ਹਾਂ ਨਾ ਉਹਦੇ ਨਾਮ ਵੀ ਉਹ ਤੋਂ ਬਾਅਦ ਹੁਣ ਆਪਣੇ ਨਾਮ ਹੋ ਜੂਗੀ 2-4 ਦਿਨ ਦੇ ਵਿੱਚ ਨਾ ਨਾ ਠੀਕ ਚਲੋ ਠੀਕ ਹੈ ਜੀ ਉਹ ਤੋਂ ਬਾਅਦ ਦੇਖਦੇ ਹਾਂ ਕੁਝ ਹੋਰ ਹੁਣ ਪਹੁੰਚ ਗਏ ਸੀ ਗੇੜਾ ਦੇ ਕੇ ਘਰ ਆਪਣੇ ਵਾਪਸ